ਅਸੀਂ ਅੱਜ ਦੀ ਪ੍ਰੈਸ 'ਚ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਜਿਹੜੇ ਉਹਨਾਂ ਨੇ ਕਾਲੀ ਸੂਚੀ 'ਚੋਂ ਅੱਤਵਾਦੀਆਂ ਨੂੰ ਬਾਹਰ ਕਰਿਆ ਉਸ 'ਤੇ ਦੁਬਾਰਾ ਵਿਚਾਰ ਵਟਾਂਦਰਾ ਕਰੇ। ਇਹਦੇ ਲਈ PM ਮੋਦੀ ਨੂੰ ਅਸੀਂ ਲੈਟਰ ਲਿਖਿਆ। ਅਗਰ ਕੇਂਦਰ ਇਸ 'ਤੇ ਵਿਚਾਰ ਵਟਾਂਦਰਾ ਨਹੀਂ ਕਰਦਾ ਤਾਂ ਅਸੀਂ ਕੋਰਟ ਤੱਕ ਵੀ ਜਾਵਾਂਗੇ। ਔਰ ਜਿਹੜੀ ਰਜਵਾਣੇ ਦੀ ਫਾਂਸੀ ਦੀ ਸਜ਼ਾ ਨੂੰ ਇਹਨਾਂ ਨੇ ਉਮਰ ਕੈਦ ਤਬਦੀਲ ਕੀਤਾ, ਉਹਨੂੰ ਬਾਹਰ ਲਿਆਉਣ ਦੀ ਤਿਆਰੀ ਕਰ ਰਹੇ ਨੇ। ਇਹਦੇ ਖਿਲਾਫ ਵੀ ਅਸੀਂ ਕੇਂਦਰ ਸਰਕਾਰ ਨੂੰ ਕਹਿ ਰਹੇ ਹਾਂ ਕਿ ਉਹ ਦੁਬਾਰਾ ਵਿਚਾਰ ਕਰੇ, ਕਿਉਂਕਿ ਪੰਜਾਬ ਦੇ ਅੰਦਰ ਲਗਾਤਾਰ ਹਾਲਾਤ ਐਸੇ ਬਣਦੇ ਜਾ ਰਹੇ ਹੈ ਕਿ ਲਗਾਤਾਰ ਹਥਿਆਰਾਂ ਦਾ ਜ਼ਖੀਰਾ ਫੜਿਆ ਜਾਣਾ, ਔਰ ਲਗਾਤਾਰ ਇੰਟੈਲੀਜੈਂਸ ਮੰਨ ਰਹੀ ਹੈ ਕਿ 250 ਡੇਰੇ ਲਗਾਤਾਰ ਇਹਨਾਂ ਦੀ ਨਿਸ਼ਾਨੇ 'ਤੇ ਨੇ। ਔਰ ਕਦੇ ਅਸੀਂ ਕਹਿੰਦੇ ਹਾਂ ਕਿ ਡਰੋਨ ਦੇ ਰਾਹੀਂ ਅਸਲਾ ਗੇਰਿਆ ਜਾ ਰਿਹਾ ਪਾਕਿਸਤਾਨ ਤੋਂ। ਇਹ ਸਾਰੇ ਹਾਲਾਤਾਂ ਦੇ ਅੰਦਰ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਕੋਰੀਡੋਰ ਖੋਲ੍ਹਿਆ ਜਾ ਰਿਹਾ ਉਸ ਨੂੰ ਵੀ ਤੁਰੰਤ ਬੰਦ ਕਰਿਆ ਜਾਵੇ, ਕਿਉਂਕਿ ਨਹੀਂ ਪੰਜਾਬ ਬਰੂਦ ਦੇ ਢੇਰ 'ਤੇ ਆ ਜੂ। ਔਰ ਜਿਹੜੇ ਲੋਕ ਵਿਦੇਸ਼ਾਂ 'ਚੋਂ ਪੈਸਾ ਖਰਚ ਕਰਕੇ ਪੰਜਾਬ ਦੇ ਅੰਦਰ ਹਾਲਾਤ ਵਿਗਾੜ ਰਹੇ, ਅਗਰ ਉਹਨਾਂ ਦਾ ਆਉਣਾ ਜਾਣਾ ਹੋ ਗਿਆ ਤਾਂ ਪੰਜਾਬ ਦੇ ਹਾਲਾਤ ਬਹੁਤ ਵਿਗੜ ਜਾਣਗੇ। ਹਿੰਦੂ ਸਿੱਖ ਭਾਈਚਾਰਾ ਬੜੀ ਮੁਸ਼ਕਲ ਨਾਲ ਪੰਜਾਬ ਦੇ ਅੰਦਰ ਬਣਿਆ। ਅਸੀਂ ਲੋਕਾਂ ਨੇ 13 ਸਾਲ ਕਾਲੇ ਦਿਨ ਦੇਖੇ ਨੇ, ਬੜਾ ਸੰਤਾਪ ਹੋ ਗਿਆ। ਇਸ ਕਰਕੇ ਕੇਂਦਰ ਨੂੰ, ਕਿਉਂਕਿ ਮੋਦੀ ਜੀ ਅਮਰੀਕਾ ਦੇ ਅੰਦਰ ਕਹਿ ਰਹੇ ਸੀ ਕਿ ਮੈਂ 0 ਆਤੰਕਵਾਦ ਟੋਲਰੇਟ ਨਹੀਂ ਕਰਾਂਗਾ, ਤਾਂ ਪੰਜਾਬ ਦੇ ਅੰਦਰ ਇਹ ਜੀ ਕਿਆ ਮਜਬੂਰੀਆਂ ਨੇ ਉਹਨਾਂ ਦੀਆਂ ਕਿ ਰਜਵਾਣੇ ਦਾ ਮਾਮਲਾ ਜਾਂ ਕਾਲੀ ਸੂਚੀ ਦਾ ਮਾਮਲਾ ਜਾਂ 8 ਖੂਨਖਾਰ ਆਤੰਕਵਾਦੀਆਂ ਨੂੰ ਛੱਡਣ ਦਾ ਮਾਮਲਾ ਔਰ ਕੋਰੀਡੋਰ ਖੋਲ੍ਹਣ ਦਾ ਮਾਮਲਾ ਕੀ ਹੈ? ਕਿਉਂਕਿ ਇਹ ਮਾਮਲੇ ਦੇ ਨਾਲ ਪੰਜਾਬ ਦੇ ਅੰਦਰ ਖਤਰਾ ਵੱਧ ਰਿਹਾ। ਇਸ ਕਰਕੇ ਅਸੀਂ ਮੰਗ ਕਰ ਰਹੇ ਹਾਂ, ਅਗਰ ਕੇਂਦਰ ਸਾਡੀ ਗੱਲ 'ਤੇ ਧਿਆਨ ਨਹੀਂ ਦਿੰਦਾ ਤਾਂ ਅਸੀਂ ਕੋਰਟ ਵੀ ਜਾਵਾਂਗੇ ਔਰ ਅੰਦੋਲਨ ਦੀ ਲੋੜ ਪਈ ਤਾਂ ਅੰਦੋਲਨ ਵੀ। ਸਾਡੇ ਆਪਣੇ 6-7 ਸੰਗਠਨ ਕੰਮ ਕਰਦੇ ਹਾਂ, ਜਿਹਦੇ 'ਚ ਅਖਿਲ ਭਾਰਤੀ ਹਿੰਦੂ ਸ਼ਖਸ ਸਮਿਤੀ ਸੰਨ 1980 'ਚ ਅੱਤਵਾਦੀਆਂ ਦੇ ਅਗੇਂਸਟ ਬਣਾਈ ਗਈ ਸੀ, ਹਿੰਦੂ ਸਟੂਡੈਂਟ ਫੈਡਰੇਸ਼ਨ ਹੈ, ਹਿੰਦੂ ਤਖ਼ਤ ਹੈ, ਠੀਕ ਹੈ, ਹਿੰਦੂ ਸ਼ਖਸ ਸਮਿਤੀ ਦਾ ਯੂਥ ਵਿੰਗ ਹੈ, ਔਰ ਸੋਸ਼ਲ ਹੋਰ ਬਹੁਤ ਲੋਕ ਨੇ ਜਿਹੜੀਆਂ ਮੰਦਰ ਦੀਆਂ ਕਮੇਟੀਆਂ ਨੇ, ਹੋਰ ਨੇ, ਸਾਰਿਆਂ ਨਾਲ ਸਾਡਾ ਇਕੱਠੇ ਸਾਂਝੀ ਤੌਰ 'ਤੇ ਅਸੀਂ ਲੋਕ ਕੰਮ ਕਰਾਂਗੇ। ਅਸੀਂ ਇੱਕ ਹਫ਼ਤਾ ਇਸ ਲੈਟਰ ਨੂੰ ਜਿਹੜੇ ਨੂੰ ਅੱਜ ਅਸੀਂ ਭੇਜੀ ਹੈ ਉਹਦੀ ਇੰਤਜ਼ਾਰ ਕਰ ਰਹੇ ਹਾਂ ਕਿ ਕੇਂਦਰ ਦਾ ਕੀ ਜਵਾਬ ਆਉਂਦਾ, ਕਿ ਉਸ 'ਤੇ ਦੁਬਾਰਾ ਵਿਚਾਰ ਕਰਨਾ ਚਾਹ ਰਿਹਾ ਜਾਂ ਨਹੀਂ। ਉਸੀ ਨੂੰ ਬੇਸ ਬਣਾ ਕੇ ਅਸੀਂ ਕੋਰਟ ਜਾਵਾਂਗੇ। ਦੁਆਲੇ ਦੇ ਅੰਦਰ ਗੋਪਾਲ ਚਾਵਲਾ, ਰਣਜੀਤ ਸਿੰਘ ਨਿੱਟੂ, ਉਹਨਾਂ ਨੇ 3 ਸਾਲ ਤੋਂ ਸਾਡੇ ਕਿਸੇ ਅਫਸਰ ਨੂੰ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ। ਜਿਹੜੇ ਲੋਕ ਵੀ ਉੱਥੇ ਜਾਂਦੇ ਹੈ 12 ਸਾਲ, 13 ਸਾਲ, 18 ਸਾਲ ਤੱਕ ਦੇ ਬੱਚਿਆਂ ਨੂੰ ਖਾਲਿਸਤਾਨ ਮੂਵਮੈਂਟ ਗੁੰਮਰਾਹ ਕਰਕੇ ਉਹ ਘੇਰ ਰਹੇ ਨੇ। ਇਹਨਾਂ ਹਾਲਾਤਾਂ ਲਈ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਜਿਹੜੀ ਸੂਚੀ ਉਹਨਾਂ ਨੇ ਕੈਂਸਲ ਕਰੀ ਹੈ ਉਸ 'ਤੇ ਦੁਬਾਰਾ ਵਿਚਾਰ ਕਰੇ, ਔਰ ਰਜਵਾੜੇ ਦੀ ਜਿਹੜੀ ਫਾਂਸੀ ਉਹਦੇ ਲਈ ਅਸੀਂ ਸੁਪਰੀਮ ਕੋਰਟ ਦੇ ਅੰਦਰ ਵੀ ਰਿਟ ਫਾਈਲ ਕਰ ਰਹੇ ਹਾਂ ਕਿ ਜਿਹੜੀ ਇਹ ਲਿਸਟ ਹੈ ਕਿੰਨੇ ਟਾਈਮ ਤੋਂ ਜਿਹੜੇ ਲੋਕ ਦੇਸ਼ਾਂ ਤੋਂ ਪੈਸਾ ਖਰਚ ਕੇ ਸਾਡੇ ਪੰਜਾਬ ਦੇ ਹਾਲਾਤ ਵਿਗਾੜ ਰਹੇ। ਤੁਸੀਂ ਆਪਣੇ ਨਾਲ ਫਿਰ ਸਿਕਿਉਰਿਟੀ ਦੇ ਇੰਨੇ ਬੰਦੇ ਕਾਹਦੇ ਲਾਏ ਹੋਏ ਆ? ਤੁਸੀਂ ਕਿਉਂ ਨਹੀਂ ਆਰਾਮ ਨਾਲ ਘੁੰਮਦੇ ਸਾਡੇ ਨਾਲ? ਲੁੱਟੀ ਕਦੇ ਵੀ ਘੁੰਮਦਾ ਤੇ ਸਿਕਿਉਰਿਟੀ ਇਸ ਕੋਲ ਦੀ ਸਰਕਾਰ ਦੀ ਲੁੱਟੀ ਉਹਨਾਂ ਨੇ ਲਾਈ ਹੈ, ਉਹਨਾਂ ਨੂੰ ਕਹਿੰਦਾ ਲੈ ਲੈ ਮੈਂ ਕੱਲ੍ਹ ਦੇ ਦੂੰਗਾ ਵਾਪਸ। ਇਹ ਸਰਕਾਰ ਨੇ ਲਾਈ ਹੈ, ਮੈਂ ਨਹੀਂ ਮੰਗ ਰਹੀ ਕਰ ਰਿਹਾ ਨਾ, ਮੈਨੇ ਕਦੇ ਮੰਗ ਕਰੀ ਮੇਰਾ ਪਤਾ ਕਰ ਲਓ। ਇੱਕ ਹੋਰ ਇਸ 'ਤੇ ਸਵਾਲ ਹੈ, ਨਾਲ ਹੀ ਕੇਂਦਰ ਸਰਕਾਰ ਨੂੰ ਪੁਲਿਸ ਵਾਲਿਆਂ ਦੀ ਵੀ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਵੀ ਸਜ਼ਾ ਮਾਫੀ ਦਿੱਤੀ ਜਾ ਰਹੀ ਹੈ ਜੋ ਕਿ ਫੇਕ ਇਨਕਾਊਂਟਰ 'ਚ ਫੜੇ ਗਏ ਸੀ ਝੂਠੀਆਂ ਹੱਤਿਆਵਾਂ ਦੇ ਮਾਮਲੇ 'ਚ। ਹੀ ਕਹੋਗੇ ਸਹਿਰ ਇਸ ਮਾਮਲੇ ਦੇ ਅੰਦਰ ਬੜੀ ਸਪਸ਼ਟ ਸੀ, ਪ੍ਰੈਸ ਨੋਟ ਦੇ ਅੰਦਰ ਵੀ ਕਿਹਾ ਕਿ ਸਾਡੇ ਦੇਸ਼ ਦੇ ਅੰਦਰ ਆਤੰਕਵਾਦ ਦੇ ਟਾਈਮ ਜਿਹੜੇ ਪੁਲਿਸ ਅਫਸਰਾਂ ਨੇ ਬੜੀ ਦਲੇਰੀ ਨਾਲ ਕੰਮ ਕਰੇ, ਉਹ ਰਾਸ਼ਟਰਪਤੀ ਅਵਾਰਡ ਮਿਲੇ, ਲੇਕਿਨ ਬਾਦਲ ਸਰਕਾਰ ਦੇ ਟਾਈਮ ਹਿਊਮਨ ਰਾਈਟ ਦੇ ਤਹਿਤ ਉਹਨਾਂ 'ਤੇ ਕੇਸ ਦਰਜ ਕਰ ਦਿੱਤੇ ਗਏ ਸੀ। ਤਾਂ ਉਹਨਾਂ ਨੇ ਤਾਂ ਦੇਸ਼ ਹਿੱਤ ਲਈ ਲੜਿਆ ਸੀ, ਉਦੋਂ ਉਹਨਾਂ ਨੇ ਕੇਸਾਂ ਲਈ ਸੈਂਟਰ ਨੇ ਕਿਉਂ ਨਹੀਂ ਸੋਚਿਆ ਵੀ ਫੇਕ ਇਨਕਾਊਂਟਰ ਨੂੰ ਤੁਸੀਂ ਸਹੀ ਮੰਨਦੇ ਹੋ? ਨਹੀਂ, ਅਸੀਂ ਉਹਨੂੰ ਨਹੀਂ ਸਹੀ ਮੰਨਦੇ। ਬਲਵੰਤ ਉਹਨਾਂ ਦੀ ਸਜ਼ਾ ਮਾਫੀ ਵੀ ਨਹੀਂ ਹੋਣੀ ਚਾਹੀਦੀ, ਬਲਵੰਤ ਰਾਜੋੜਾ ਵੀ ਨਹੀਂ ਹੈ ਜੇ ਬਲਵੰਤ ਰਾਜੋੜਾ ਦੀ ਸਜ਼ਾ ਮਾਫੀ ਨਹੀਂ ਹੋਣੀ ਸੀ? ਅੱਜ ਅਗਰ ਫੇਕ ਕਾਊਂਟਰ ਸੀ ਉਹਦੇ ਲਈ ਵੀ ਕੋਈ ਸਪੋਰਟ ਨਹੀਂ ਕਰ। ਹਮਾਰਾ